17 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਬੀਤੇ ਦਿਨੀ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਲਾ ਸਾਹਿਬ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਦੇ ਕੋਲੋਂ 300 ਕਿਲੋ ਹੀਰੋਇਨ ਫੜੀ ਗਈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਲਾਲਪੁਰਾ ਨੇ ਕਈ ਵੱਡੇ ਖੁਲਾਸੇ ਕਰ ਦਿੱਤੇ ਨੇ। ਉਹਨਾਂ ਕਿਹਾ ਕਿ ਇੰਨਾ ਵੱਡਾ ਨਸ਼ੇ ਦਾ ਰੈਕਟ ਕਾਂਗਰਸੀ MLA ਰਮਨਜੀਤ ਸਿੰਘ ਸਿੱਕੀ ਦੀ ਮਦਦ ਦੇ ਨਾਲ ਚਲਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਇਹ ਅਖਬਾਰ ਦੀ ਖਬਰ ਹੈ ਜਿਸ 'ਚ 135 ਕਿਲੋ ਹੀਰੋਇਨ ਫੜੀ ਗਈ ਹੈ ਪ੍ਰਭਜੀਤ ਸਿੰਘ ਕੋਲੋਂ, ਜਿਹੜਾ ਚੋਲਾ ਸਾਹਿਬ ਦਾ ਰਹਿਣ ਦਾ ਵਸਨੀਕ ਹੈ। ਦੂਜੇ ਨੰਬਰ 'ਤੇ ਅਗਲੇ ਦਿਨ ਨਿਊਜ਼ ਆਉਂਦੀ ਹੈ ਕਿ ਇਹ ਜਿਹੜੀ ਹੀਰੋਇਨ ਦੀ ਖੇਪ ਹੈ ਇਹ ਵੱਧ ਕੇ 260 ਕਿਲੋ ਹੋ ਚੁੱਕੀ ਹੈ। ਤੀਜੇ ਦਿਨ ਜਾ ਕੇ ਇਹਦੀ ਖਬਰ ਆਉਂਦੀ ਹੈ ਕਿ ਇਹਦੀ ਹੋਰ ਗਿਣਤੀ ਵੱਧ ਕੇ 300 ਕਿਲੋ ਹੋ ਚੁੱਕੀ ਹੈ, ਜਿਹਦੀ ਅੱਜ ਅੰਤਰਰਾਸ਼ਟਰੀ ਕੀਮਤ ਜਿਹੜੀ ਆ ਉਹ 1500 ਕਰੋੜ ਹੈ। 1500 ਕਰੋੜ ਇਹ ਬੰਦਾ ਸਾਡੇ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ, ਹਲਕਾ ਖਡੂਰ ਸਾਹਿਬ ਦੇ ਨਾਲ ਰੱਖਦਾ ਹੈ, ਕਸਬਾ ਚੋਲਾ ਸਾਹਿਬ ਹੈ। ਇਹ ਸਾਰਾ ਕੁਝ ਬਿਨਾਂ ਸਿਆਸੀ ਸ਼ਹਿ ਤੋਂ ਜਿਹੜਾ ਨਹੀਂ ਸੀ ਹੋ ਸਕਦਾ। ਇੰਨੀ ਦੇਰ ਤੋਂ ਬੰਦਾ ਕੰਮ ਕਰਦਾ ਹੋਵੇ, ਨਾ CID ਨੂੰ ਪਤਾ ਹੋਵੇ, ਨਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ, ਅਤੇ ਨਾ ਸਿਆਸੀ ਲੀਡਰਾਂ ਨੂੰ ਪਤਾ ਹੋਵੇ, ਕਿਵੇਂ ਹੋ ਸਕਦਾ ਜਦੋਂ ਕਿ ਸਾਰਾ ਕੁਝ ਜਿਹੜਾ ਉਹ ਸਿਆਸੀ ਲੀਡਰਾਂ ਦੀ ਸ਼ਹਿ 'ਤੇ ਹੀ ਹੋਇਆ। ਪਹਿਲਾਂ ਇਹ ਕੰਮ ਜਿਹੜਾ ਰਣਜੀਤ ਸਿੰਘ ਬ੍ਰਹਮਪੁਰੇ ਹੋਣੀ ਜਦੋਂ MLA ਸੀ ਉਹ ਚਲਾਉਂਦੇ ਰਹੇ, ਉਦੋਂ ਜਿਹੜੇ ਇਹੋ ਜਿਹੇ ਲੋਕਾਂ ਨੇ ਕਮਾਈ ਕੀਤੀ ਸੀ ਉਹਦਾ ਜਿਹੜਾ ਪੈਸਾ ਹੁੰਦਾ ਸੀ 2 ਨੰਬਰ ਦਾ ਉਹ ਸਾਰਾ ਇਹਨਾਂ ਨੇ ਇਲੈਕਸ਼ਨਾਂ ਦੇ ਚੋਣਾਂ ਦੇ ਵਿੱਚ ਲੋਕਾਂ ਨੂੰ ਨਸ਼ੇ ਲਏ, ਦਾਰੂ ਲਈ ਅਤੇ ਆਹ ਸਮੈਕ ਜਿਹੜੀ ਉਹ ਵਰਤਾਉਂਦੇ ਰਹੇ। ਬਾਅਦ ਦੇ ਵਿੱਚ ਆ ਕੇ ਰਮਨਜੀਤ ਸਿੰਘ ਸਿੱਕੀ ਨੇ ਕੰਮ ਸਾਂਭਲਿਆ, ਅਤੇ ਅੱਜ ਜਿਹੜੀ ਕਿਹਾ ਤਾਂ ਜਾਂਦਾ ਸੀ ਰਮਨਜੀਤ ਸਿੰਘ ਸਿੱਕੀ ਦਾ ਕਰੋੜਾਂ ਦਾ ਕਾਰੋਬਾਰ ਹੈ, ਬਹੁਤ ਵੱਡਾ ਕਾਰੋਬਾਰ ਹੈ, ਹੁਣ ਪਤਾ ਲੱਗਿਆ ਕਿ ਰਮਨਜੀਤ ਸਿੰਘ ਸਿੱਕੀ ਦਾ ਕੀ ਕਾਰੋਬਾਰ ਹੈ। ਇਹ ਬੰਦਾ ਪਹਿਲਾਂ ਜਿਹੜਾ ਪ੍ਰਭਜੀਤ ਸਿੰਘ ਹੈ ਇਹ ਪਹਿਲਾਂ ਅਕਾਲੀ ਦਲ ਦੇ ਵਿੱਚ ਬ੍ਰਹਮਪੁਰੇ ਹੋਣਾ ਦੇ ਨਾਲ ਰਿਹਾ, ਕਰਮੂਵਾਲਾ ਜਿਹੜਾ ਉਹਦੇ ਨਾਲ ਇਹਦੀ ਬਹੁਤ ਨੇੜਤਾ ਰਹੀ ਹੈ। ਹੁਣ ਜਦੋਂ ਦਾ ਰਮਨਜੀਤ ਸਿੰਘ ਸਿੱਕੀ MLA ਬੰਦਾ ਕਾਂਗਰਸ ਦੇ ਵਿੱਚ ਹੈ ਅਤੇ ਇਹ ਪਰਿਵਾਰ ਪੂਰਾ ਅਤੇ ਕਾਂਗਰਸ ਦੇ ਨਾਲ ਸਿਆਸੀ ਸਹਿ 'ਤੇ ਐਡਾ ਵੱਡਾ ਕਾਰੋਬਾਰ ਫੈਲਾਇਆ, ਇਹ ਕੋਈ ਵੀ ਪੰਜਾਬ ਦਾ ਵਸਨੀਕ ਨਹੀਂ ਮੰਨ ਸਕਦਾ ਕਿ ਇੱਕ 4 ਕਿੱਲਿਆਂ ਵਾਲਾ ਬੰਦਾ ਯਕਦਮ 1700 ਕਰੋੜ ਦੀ ਹੀਰੋਇਨ ਖਰੀਦ ਅਤੇ ਵੇਚ ਸਕਦਾ ਹੈ। ਇਹਨੂੰ ਸਮਾਂ ਲੱਗਾ ਹੈ। ਰਣਜੀਤ ਸਿੰਘ ਬ੍ਰਹਮਪੁਰੇ MLA ਉਹਨਾਂ ਦੇ ਰਾਜ ਤੋਂ ਲੈ ਕੇ ਹੌਲੀ ਹੌਲੀ ਆਪਣਾ ਕਾਰੋਬਾਰ ਵਧਾਉਂਦਾ ਰਮਨਜੀਤ ਸਿੰਘ ਸਿੱਕੀ ਦੇ ਰਾਜ ਦੇ ਵਿੱਚ ਇਹਨੇ 1700 ਕਰੋੜ ਦਾ ਕਾਰੋਬਾਰ ਜਿਹੜਾ ਕਰ ਲਿਆ। ਇਹ ਕਾਰੋਬਾਰ ਇਹਦਾ ਨਹੀਂ ਆ, ਇਹ ਪਾਂਡੀ ਆ, ਸਿਰਫ ਪਾਂਡੀ ਆ ਜਿਹੜਾ ਜਿਪਸਮ ਮੰਗਾਉਂਦਾ ਸੀ। ਇਹ ਜਿਹੜਾ ਕਾਰੋਬਾਰ ਅਸਲ ਦੇ ਵਿੱਚ ਇਹ ਰਣਜੀਤ ਸਿੰਘ ਬ੍ਰਹਮਪੁਰੇ ਹੋਣਾ ਦਾ ਪਹਿਲਾਂ ਰਿਹਾ ਅਤੇ ਹੁਣ ਇਹ ਰਮਨਜੀਤ ਸਿੰਘ ਸਿੱਕੀ ਵਰਗਿਆਂ ਦਾ। ਇਸ ਬਾਰੇ ਜਦੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਗੱਲ ਤੋਂ ਸਾਫ਼ ਇਨਕਾਰ ਕਰਦੇ ਨਜ਼ਰ ਆਏ ਅਤੇ ਕਿਹਾ ਕਿ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਵਿਰੋਧੀਆਂ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਹ ਬਿਲਕੁਲ ਝੂਠ, ਬੇਬੁਨਿਆਦ ਔਰ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਸਟੇਟਮੈਂਟਾਂ। ਇਹਨਾਂ ਕੋਲ ਮੁੱਦੇ ਦੀ ਗੱਲ ਇਹਨਾਂ ਨੂੰ ਕਰਨੀ ਚਾਹੀਦੀ ਆ ਕਿ ਇਹਨਾਂ ਨੇ ਅਗਲੀ ਇਲੈਕਸ਼ਨ ਦੇ ਵਿੱਚ ਜੇ ਆਉਣਾ ਤਾਂ ਲੋਕਾਂ ਲਈ ਕੀ ਕਰਨਾ, ਕੀ ਡਿਵੈਲਪਮੈਂਟ ਕਰਨਾ ਜਾਂ ਕੀ ਨਹੀਂ ਕਰਨੀ। ਇਹ ਐਵੇਂ ਚਿੱਕੜ ਸੁੱਟਣ ਵਾਲੀ ਸਿਆਸਤ ਜਿਹੜੀ ਹੈ ਇੱਕ ਦੂਜੇ 'ਤੇ ਉਹ ਕਰਨੀ ਨਹੀਂ ਚਾਹੀਦੀ, ਕਿਉਂਕਿ ਰਮਨਜੀਤ ਸਿੰਘ ਸਿੱਕੀ ਜੇ ਸਾਰਿਆਂ ਨਾਲੋਂ ਵੱਧ ਜੇ ਕਿਸੇ ਗੱਲ 'ਤੇ ਉਹ ਫਖਰ ਕਰਦੇ ਆ ਤਾਂ ਉਹ ਆਪਣੀ ਇਮਾਨਦਾਰੀ 'ਤੇ ਕਰਦਾ ਔਰ ਨੋਨ ਕਰਪਟ ਸਟਾਈਲ ਜਿਹੜਾ ਉਹਦਾ ਪੋਲੀਟਿਕਸ ਦਾ ਆ ਉੱਤੇ ਕਰਦਾ ਔਰ ਉਸ ਕਰਕੇ ਹੀ ਲੋਕਾਂ ਨੇ ਪਹਿਲਾਂ ਵੀ 2 ਵਾਰੀ ਬੜਾ ਸਾਥ ਦਿੱਤਾ ਔਰ ਇਹੋ ਜਿਹੇ ਬੰਦੇ ਕੁਛ ਵੀ ਬੋਲੀ ਜਾਣਗੇ ਕਿਸੇ 'ਤੇ ਕੋਈ ਅਸਰ ਨਹੀਂ ਹੁੰਦਾ। ਇਹ ਪਹਿਲਾਂ ਵੀ ਬੜਾ ਕੋਈ ਬੋਲ ਕੇ ਗਏ ਸੀਗੇ ਅਤੇ ਉਹਦਾ ਵੀ ਕੋਈ ਨਹੀਂ ਅਤੇ ਇਹਦਾ ਵੀ ਕੁਛ ਨਹੀਂ। ਇਹ ਸੋਚਦੇ ਆ ਕਿ ਅਸੀਂ ਇੱਦਾਂ ਦੀਆਂ ਗਮਰਾਹੀ ਗੱਲਾਂ ਕਰਕੇ ਲੋਕਾਂ ਨੂੰ ਮਗਰ ਲਾ ਲਾਂਗੇ। ਲੋਕ ਬੜੇ ਸਿਆਣੇ ਆ, ਲੋਕਾਂ ਨੂੰ ਪਤਾ ਕਿ ਰਮਨਜੀਤ ਸਿੰਘ ਸਿੱਕੀ 1 ਪੈਸੇ ਦਾ ਵੀ ਕਿਸੇ ਦਾ ਰਵਾਦਾਰ ਨਹੀਂ ਔਰ ਕਿਸੇ ਦੀ ਕੋਈ ਕਰਪਸ਼ਨ ਦਾ ਰਵਾਦਾਰ ਨਹੀਂ ਔਰ ਕਿਸੇ ਨੂੰ ਕਿਸੇ ਤਰੀਕੇ ਨਾਲ ਵੀ ਕਿਸੇ ਤੋਂ ਪੈਸੇ ਕਦੀ ਅਸੀਂ ਠੱਗੇ ਨਹੀਂ। MLA ਸਾਹਿਬ, ਜਿਹੜਾ ਇੱਕ ਚੇਅਰਮੈਨ ਸਾਹਿਬ ਬਣਾਇਆ ਗਿਆ ਤੁਹਾਡੇ ਵੱਲੋਂ ਚੋਲਾ ਸਾਹਿਬ ਦੇ, ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ MLA ਸਾਹਿਬ ਦਾ ਜਿਹੜਾ ਖਾਸ ਬੰਦਾ ਹੈ ਇਹਨਾਂ ਨੇ ਚੇਅਰਮੈਨ ਬਣਾਇਆ ਅਤੇ ਇਹਨਾਂ ਨੂੰ ਜਿਹੜੀ ਫੰਡਿੰਗ ਹੋਈ ਹੈ ਇਲੈਕਸ਼ਨਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਕੋਈ ਉਹਨਾਂ ਕੋਲ ਪ੍ਰੂਫ ਹੈਗਾ ਇਸ ਗੱਲ ਦਾ? ਕੋਈ ਉਹ ਸਬੂਤ ਦੇ ਸਕਦੇ ਆ? ਇਹ ਮਨ ਘੜਤ ਕਹਾਣੀਆਂ ਜਿਹੜੀਆਂ ਆ
वो चेयरमैन साहब को तुसी जाके तुसी उन्हां दे फार्म ते जायो, उन्हां दा घर देखियो, नाले वेखियो कि वो किहो जिहे लाइफस्टाइल जींदे ने। आप मेहनत आप ट्रैक्टर चला के तो अपना काम करके अपनी रोटी खाने वाला वो परिवार है जिन्हां ने इन्ने सालों तो अपना सफेद दामन बचा के राजनीति दे विच भी और समाजिक सेवा दे विच भी उन्होंने अपना बड़ा नाम कमाया। इन्हां दे कहण नाल कोई दग ही नहीं हो जाता। रमनजीत सिंह सिक्की दे नाल जिहड़े बंदे जुड़े आ उन्हां दा किरदार है, उन्हां दी करैक्टर है और उस करैक्टर ते मैनूं भी बड़ा नाज़ है। ਐਮਐਲਏ ਸਾਹਿਬ ਜਿਵੇਂ ਉਹਨਾਂ ਨੇ ਕਿਹਾ ਕਿ ਉਹ ਪ੍ਰਭਜੀਤ ਸਿੰਘ ਦੇ ਕੋਠੀ ਪਾਈ ਹੋਈ ਆ ਘਰ ਦੇ ਵਿੱਚ, ਤਾਂ ਜਿਹੜਾ ਉਹਨਾਂ ਨੇ ਜ਼ਮੀਨ ਜਾਇਦਾਦ ਦਾ 4 ਕਿੱਲੇ ਸੀ ਉਹ 32 ਕਿੱਲੇ ਕਿਵੇਂ ਹੋ ਗਈ, ਇਹ ਸਾਰੀ ਮਿਲੀ ਭੁਗਤ ਦੇ ਨਾਲ ਹੋਇਆ? ਜਿੱਥੇ ਤੱਕ ਮੈਨੂੰ ਖਿਆਲ ਹੈ ਜੀ, ਇਹ ਕੋਠੀ ਕੋਈ 1-2 ਸਾਲਾਂ 'ਚ 4 ਸਾਲਾਂ 'ਚ ਨਹੀਂ ਬਣੀ। ਇਹ 15 ਜਾਂ 18 ਸਾਲ ਪਹਿਲਾਂ ਦੀਆਂ ਕੋਠੀਆਂ ਬਣੀਆਂ ਹੋਈਆਂ ਔਰ 18 ਸਾਲ ਪਹਿਲਾਂ ਰਮਨਜੀਤ ਸਿੰਘ ਸਿੱਕੀ ਇੱਥੇ ਆਇਆ ਵੀ ਨਹੀਂ ਸੀਗਾ। ਅਸੀਂ 12 ਦੀ ਇਲੈਕਸ਼ਨ ਜਿਹੜੀ ਪਹਿਲਾਂ ਲੜੀ ਆ ਔਰ ਉਹ 10 ਸਾਲ ਹੁਣ ਹੋਣ ਜਾਣੇ ਆ। ਉਸ ਤੋਂ ਬਾਅਦ ਇਹ ਮੇਰੇ ਆਉਣ ਤੋਂ ਪਹਿਲਾਂ ਦੀਆਂ ਕੋਠੀਆਂ ਬਣੀਆਂ, ਪਹਿਲਾਂ ਦੇ ਉਹਨਾਂ ਦੇ ਕਾਰੋਬਾਰ ਆ ਔਰ ਆਪਣੇ ਹਿਸਾਬ ਨਾਲ ਕਿਸ ਬੰਦੇ ਨੇ ਕਿੱਦਾਂ ਕਮਾਈ ਕਰਕੇ ਬਣਾਇਆ। ਮੈਂ ਵੀ ਇੱਕ ਇਹੋ ਜਿਹੇ ਪਰਿਵਾਰ 'ਚੋਂ ਹਾਂ ਕਿ ਜਿਨ੍ਹਾਂ ਨੇ ਮਿਹਨਤ ਦੇ ਸਿਰ 'ਤੇ ਆਪਣੀ ਕਮਾਈ ਕੀਤੀ ਹੈ, ਆਪਣੇ ਪਰਿਵਾਰ ਨੂੰ ਅੱਗੇ ਲਿਆਇਆ ਮਿਹਨਤ ਦੇ ਸਿਰ 'ਤੇ। ਅਤੇ ਮੈਂ ਕਿਸੇ ਹਾਲ ਜਦ ਤੱਕ ਮੈਨੂੰ ਕੋਈ ਠੋਸ ਸਬੂਤ ਜਾਂ ਕੋਈ ਇੱਦਾਂ ਦੀ ਗੱਲ ਦਾ ਨਹੀਂ ਪਤਾ ਲੱਗਾ, ਮੈਂ ਕਿਸੇ ਬਾਰੇ ਗਲਤ ਆਪਣੇ ਮੂੰਹ 'ਚੋਂ ਲਫ਼ਜ਼ ਨਹੀਂ ਕੱਢੂੰਗਾ। ਔਰ ਮੈਂ ਇਹਨਾਂ ਨੂੰ ਵੀ ਹਦਾਇਤ ਦਿੰਦਾ ਕਿ ਐਵੇਂ ਝੂਠ ਬੋਲ ਕੇ ਰੋਟੀਆਂ ਮਤ ਸੇਕੋ, ਮਿਹਨਤ ਕਰੋ, ਲੋਕਾਂ ਨੂੰ ਨਾਲ ਜੋੜੋ ਆਪਣਾ। ਜੇ ਤੁਹਾਡੀ ਲੋਕ ਤੁਹਾਡੇ ਮਗਰ ਆਉਣਗੇ ਤਾਂ ਅਸੀਂ ਇਹਨੂੰ ਇਸ ਲੋਕਾਂ ਦੇ ਆਵਾਜ਼ ਨੂੰ ਸਵੀਕਾਰ ਕਰਾਂਗੇ, ਪਰ ਇੱਦਾਂ ਨਹੀਂ ਕਿ ਕਿਸੇ ਨੂੰ ਐਵੇਂ ਝੂਠ ਬੋਲ ਕੇ ਨਕਾਰਨਾ ਚਾਹੋ। ਨਕਾਰਨਾ ਕਿਹੜੀ ਗੱਲੋਂ ਹੈ, ਮੈਦਾਨ ਖੁੱਲ੍ਹਾ ਹੈ, 2022 'ਚ ਇਲੈਕਸ਼ਨ ਆਉਣੀਆਂ, ਆਪਣੀ ਤਿਆਰੀ ਕਰੋ, ਅਸੀਂ ਆਪਣੀ ਕਰਾਂਗੇ। ਤਾਂ ਇੱਕ ਸਵਾਲ ਹੋਰ ਹੈ ਕਿ ਉਹਨਾਂ ਨੇ ਕਿਹਾ ਕਿ ਜਿਵੇਂ ਬੀਤੇ ਸਾਲ ਜਾਂ ਬੀਤੇ ਸਮੇਂ ਦੀ ਗੱਲ ਕਰੀਏ, ਜਿਹੜਾ ਸ਼ਰਾਬ ਵਾਲਾ ਮਾਮਲਾ ਸੀ ਉਹਦੇ ਵਿੱਚ ਵੀ ਸਿਆਸੀ ਸ਼ੈ ਕਰਕੇ ਉਹ ਸਾਰਾ ਮਾਮਲਾ ਦੱਬਿਆ ਗਿਆ, ਤਾਂ ਹੁਣ ਇਹ ਵੀ ਮਾਮਲਾ ਸਿਆਸੀ ਸ਼ੈ ਕਰਕੇ? ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਇਸ ਮਾਮਲੇ ਦੇ ਵਿੱਚ ਕਿਸੇ ਦੀ ਨਹੀਂ ਸੁਣੀ। ਉਹਨਾਂ ਦੀ ਬਿਲਕੁਲ ਸਪਸ਼ਟ ਗੱਲ ਸੀ ਕਿ ਜਿਹੜੇ ਇਨਵੋਲਵਡ ਆ ਉਹਨਾਂ ਨੂੰ ਅੰਦਰ ਕਰੋ ਫੜ ਕੇ, ਔਰ ਅੰਦਰ ਹੋਇਆ। ਉਹ ਲੋਕ ਦੂਰੋਂ ਦੂਰੋਂ ਵੀ, ਲੁਧਿਆਣੇ ਤੋਂ ਵੀ, ਕਿਤੇ ਕੋਈ ਢਾਬੇ ਵਾਲਾ, ਕੋਈ ਕਿਤੇ ਵਾਲਾ, ਜਿਹੜੇ ਜਿਹੜੇ ਵੀ ਇਹਦੇ 'ਚ ਇਨਵੋਲਵ ਸੀਗੇ ਉਹ ਸਾਰੇ ਅੰਦਰ ਗਏ ਆ। ਔਰ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਹਦਾਇਤ SSP ਨੂੰ, ਰੇਂਜ ਦੇ IG DIG ਨੂੰ, ਇਹ ਬੜੀ ਸਖਤ ਚੇਤਾਵਨੀ ਸੀਗੀ ਕਿ ਜਿਹੜਾ ਇਨਵੋਲਵਡ ਹੈ, ਭਾਵੇਂ ਪੋਲੀਟੀਕਲ ਹੈ ਜਾਂ ਭਾਵੇਂ ਜਿਹੜਾ ਮਰਜ਼ੀ ਹੈ, ਉਹਨਾਂ ਨੂੰ ਫੜ ਕੇ ਅੰਦਰ ਕਰੋ।